ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੀ ਇਸ ਸਾਜੀ ਹੋਈ ਸ੍ਰਿਸ਼ਟੀ ਵਿੱਚ ਅਨੇਕਾ ਜੀਵ ਜੰਤੂ ਆਏ ਸਵਾਸ ਭੋਗੇ ਅਤੇ ਚਲੇ ਗਏ ਧੰ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਇਸ ਜਹਾਨ ਉੱਪਰ ਨਾ ਕੋਈ ਆਇਆ ਅਤੇ ਨਾ ਹੀ ਕੋਈ ਆਵੇਗਾ ਧੰ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਅਤੇ ਸੰਗਤ ਨੂੰ ਸਮੇਂ-ਸਮੇਂ ਤੇ ਅਨੇਕਾ ਭਰਮਾਂ ਵਿੱਚੋਂ ਮੋਹ ਮਾਇਆ ਵਿੱਚੋਂ ਅਤੇ ਵਿਕਾਰਾਂ ਵਿੱਚੋਂ ਦੂਰ ਕੀਤਾ ਇਸੇ ਪ੍ਰਕਾਰ ਇੱਕ ਵਾਰ ਭਾਈ ਨੰਦ ਲਾਲ ਜੀ ਅਹਿਮਦਨਗਰ ਤੋਂ ਬਾਦਸ਼ਾਹ ਪਾਸੋਂ ਚੱਲ ਕੇ ਗੁਰੂ ਜੀ ਪਾਸਾ ਮੱਥਾ ਟੇਕਿਆ ਅਤੇ ਨજર ਭੇਟਾ ਅਰਪਣ ਕਰਕੇ ਬਾਦਸ਼ਾਹ ਦਾ ਮੁਸਰਰ ਦਿੱਤਾ ਅਤੇ ਜਿਸ ਨੂੰ ਪੜ ਕੇ ਗੁਰੂ ਸਾਹਿਬ ਜੀ ਨੇ ਭਾਈ ਨੰਦ ਲਾਲ ਜੀ ਨੂੰ ਸਤ ਸੰਗਤ ਤੇ ਵਿਚਾਰ ਦੇ ਸੱਚੇ ਬਚਨ ਸਮਝਾ ਕੇ ਡੇਰਾ ਕਰਵਾ ਲਿਆ ਅਤੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਦੋਹਾਂ ਪਾਸਿਆਂ ਤੋਂ ਵਿਚਾਰ ਹੁੰਦਾ ਰਿਹਾ ਅਗਲੇ ਦਿਨ ਸ਼ਿਕਾਰ ਪਰ ਚਲੇਗੇ ਉਸ ਤੋਂ ਅਗਲੀ ਪਲਕੇ ਗੁਰੂ ਸਾਹਿਬ ਜੀ ਗੋਦਾਵਰੀ ਗੰਗਾ ਕਿਨਾਰੇ ਬਿਠੇ ਸਨ ਇੱਕ ਭਾਈ ਗੁਰਦੁੱਤੇ ਸੁਦਾਗਰ ਨੇ ਆਕੇ ਗੁਰੂ ਸਾਹਿਬ ਜੀ ਨੂੰ ਇੱਕ ਬੇਸ਼ਕੀਮਤੀ ਬਹਿਮੂਲਾ ਨਗੀਨਾ ਅੱਗੇ ਰੱਖ ਕੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਜੀ ਨੇ ਉਹ ਕੀਮਤੀ ਨਗੀਨਾ ਉਠਾ ਕੇ ਗੰਗਾ ਵਿੱਚ ਸੁੱਟ ਦਿੱਤਾ ਇਹ ਸਭ ਦੇਖ ਕੇ ਭਾਈ ਗੁਰਦੁੱਤੇ ਦੇ ਮਨ ਵਿੱਚ ਫੁਰਨਾ ਫੁਰਿਆ ਕਿ ਐਸੇ ਬੇਸ਼ਕੀਮਤੀ ਨਗੀਨੇ ਦੀ ਕੈਸੀ ਬੇਕਦਰੀ ਹੈ ਐਸੀ ਅਮੂਲਕ ਚੀਜ਼ ਮੈਂ ਇਸ ਗੁਰੂ ਅੱਗੇ ਕਿਉਂ ਰੱਖ ਦਿੱਤੀ ਗੁਰੂ ਸਾਹਿਬ ਤਾਂ ਸਭ ਦੇ ਮਨ ਦੀਆਂ ਜਾਣਨ ਵਾਲੇ ਹਨ ਗੁਰੂ ਸਾਹਿਬ ਜੀ ਨੇ ਉਸ ਵਪਾਰੀ ਦੇ ਮਨ ਦੀ ਗੱਲ ਸਮਝ ਲਈ ਤੇ ਗੁਰੂ ਸਾਹਿਬ ਜੀ ਨੇ ਆਖਿਆ ਭਾਈ ਗੁਰਦਿੱਤਾ ਨਗੀਨਾ ਜੋ ਤੁਸੀਂ ਸਾਨੂੰ ਭੇਟ ਕੀਤਾ ਸੀ ਅਤਿ ਅਸੀਸ ਛੁੱਟ ਬੈਠੇ ਹਾਂ ਤੁਸੀਂ ਜਲ ਵਿੱਚ ਹੱਥ ਮਾਰੋ ਲੱਭ ਜਾਵੇਗਾ ਜਦ ਉਸਨੇ ਬਚਨ ਮੰਨ ਕੇ ਜਲ ਵਿੱਚ ਪ੍ਰਵੇਸ਼ ਕੀਤਾ ਤਾਂ ਉਸ ਨੂੰ ਬੇਅੰਤ ਕੀਮਤੀ ਨਗੀਨੇ ਨਜ਼ਰ ਆਏ ਅਤੇ ਉਸ ਦੇ ਮਨ ਦਾ ਭਰਮ ਟੁੱਟ ਗਿਆ ਅਤੇ ਉਸ ਨੇ ਗੁਰੂ ਸਾਹਿਬ ਜੀ ਦੇ ਆ ਕੇ ਚਰਨ ਫੜ ਲਏ ਤੇ ਬੇਨਤੀ ਕੀਤੀ ਮਹਾਰਾਜ ਤੁਹਾਡੀਆਂ ਤੁਸੀਂ ਜਾਣੋ ਅਸੀਂ ਤੁਛ ਬੁੱਧੀ ਵਾਲੇ ਜੀਵ ਆਪ ਜੀ ਦੀ ਕਲਾ ਨਹੀਂ ਜਾਣਦੇ ਇਹ ਐਵੇਂ ਪਏ ਝੂਠੇ ਗੁਮਾਨ ਪੱਥਰਾਂ ਦੇ ਕਰਦੇ ਹਾਂ ਤੁਸੀਂ ਈਸ਼ਵਰ ਹੋ ਸਾਰੇ ਬ੍ਰਹਮੰਡ ਦੀ ਮਾਇਆ ਤੁਹਾਡੇ ਹੱਥ ਵਿੱਚ ਹੈ ਤੁਸੀਂ ਜਿੱਥੋਂ ਚਾਹੋ ਬੇਸ਼ਕੀਮਤੀ ਨਗੀਨੇ ਪ੍ਰਗਟ ਕਰਦੇ ਹੋ ਹੁਣ ਮੇਰੇ ਉੱਤੇ ਕਿਰਪਾ ਕਰੋ ਜਿਸਦੇ ਮਨ ਵਿੱਚ ਕੋਈ ਵਿਕਾਰ ਨਾ ਫੁਰੇ ਉਸ ਦੀ ਇਹ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਨੇ ਉਸ ਨੂੰ ਬਰਮ ਗਿਆਨ ਦਾ ਉਪਦੇਸ਼ ਦੇ ਕਰਕੇ ਨਿਹਾਲ ਕਰ ਦਿੱਤਾ ਉਸ ਦਿਨ ਤੋਂ ਉਸ ਘਰ ਦਾ ਨਾਮ ਨਗੀਨਾ ਘਟ ਹੋ ਗਿਆ ਗੁਰੂ ਸਾਹਿਬ ਜੀ ਦੀ ਇਹ ਸ਼ਕਤੀ ਅਤੇ ਲੀਲਾ ਦੇਖ ਕੇ ਭਾਈ ਨੰਦ ਲਾਲ ਜੀ ਹੱਕੇ ਬੱਕੇ ਰਹਿ ਗਏ ਬੜੇ ਹੈਰਾਨ ਹੋਏ ਫਿਰ ਜਦੋਂ ਉਹ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਕੇ ਬਾਦਸ਼ਾਹ ਦੇ ਮੁਸਰਲ ਦਾ ਉੱਤਰ ਚਾਹਿਆ ਸਬ ਮਹਾਰਾਜ ਜੀ ਨੇ ਆਖਿਆ ਜੋ ਕੁਝ ਹੋ ਰਿਹਾ ਹੈ ਸਭ ਅਕਾਲ ਪੁਰਖ ਦੀ ਰਜ਼ਾ ਵੀ ਉਸਦੇ ਹੁਕਮ ਨਾਲ ਹੋ ਰਿਹਾ ਹੈ ਤੁਸੀਂ ਦੇਖਦੇ ਰਹੋ ਅੱਗੇ ਹੋਰ ਕੀ ਕੁਝ ਹੋਵੇਗਾ ਭਾਈ ਨੰਦ ਲਾਲ ਜੀ ਨੇ ਗੁਰੂ ਜੀ ਕੀ ਮਰਜ਼ੀ ਵੇਖ ਕੇ ਬਾਦਸ਼ਾਹ ਨੂੰ ਸਾਰਾ ਹਾਲ ਲਿਖ ਭੇਜਿਆ ਉਤੋਂ ਉੱਤਰ ਆਇਆ Munshi ਜੀ ਆਪ ਜੀ ਗੁਰੂ ਪਾਸ ਠਹਿਰੇ ਰਹੋ ਮੈਂ ਆਪ ਗੁਰੂ ਜੀ ਦੀ ਜ਼ਿਆਰਤ ਨੂੰ ਆਉਂਦਾ ਹਾਂ ਇਸ ਕਰਕੇ ਭਾਈ ਨੰਦ ਲਾਲ ਜੀ ਤਾਂ ਉੱਤੇ ਹੀ ਠਹਿਰੇ ਰਹੇ 10 ਕੁ ਦਿਨਾਂ ਵਿੱਚੋਂ ਅਹਿਮਦਨਗਰ ਵੱਲੋਂ ਗੋਲ ਕੁੰਡੇ ਨੂੰ ਜਾਂਦਾ ਹੋਇਆ ਬਹਾਦਰ ਸ਼ਾ ਨੰਦੇੜ ਜਾ ਉਤਰਿਆ ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਨੂੰ ਆਇਆ ਇਸ ਤੋਂ ਅੱਗੇ ਦਾ ਗੁਰੂ ਇਤਿਹਾਸ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ